ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਕੋਲ ਮਿਸਿੰਗ ਮੈਨ ਫਾਰਮੇਸ਼ਨ ਚ ਉਡਾਨ ਭਰ ਕੇ ਕਾਰਗਿਲ ਦੀ ਜੰਗ ਚ 20 ਸਾਲ ਪਹਿਲਾਂ ਸ਼ਹੀਦ ਹੋਏ ਸਕਵਾਡਨ ਲੀਡਰ ਅਜੇ ਅਹੂਜਾ ਨੂੰ ਸ਼ਰਧਾਂਜਲੀ ਦਿੱਤੀ ਹੈ। ਕਾਰਗਿਲ ਦੀ ਜੰਗ ਦੌਰਾਨ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਉਸ ਜਹਾਜ਼ ਨੂੰ ਗਿਰਾਇਆ ਸੀ ਜਿਸ ਨੂੰ ਸਕਵਾਡਨ ਲੀਡਰ ਅਹੂਜਾ ਉਡਾ ਰਹੇ ਸੀ। ਪੈਰਾਸ਼ੂਟ ਤੋਂ ਹੇਠਾਂ ਉਤਰੇ ਅਹੂਜਾ ਦੀ ਪਾਕਿਸਤਾਨੀ ਸੈਨਿਕਾਂ ਨੇ ਹੱਤਿਆ ਕਰ ਦਿੱਤੀ ਸੀ। ਅਜਿਹੇ ਸਾਹਸ ਲਈ ਅਹੂਜਾ ਨੂੰ ਸ਼ਹੀਦ ਹੋਣ ਤੋਂ ਬਾਅਦ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਕਾਰਗਿਲ ਦੀ ਜੰਗ ਜਿਸ ਨੂੰ ਕਾਰਗਿਲ ਸੰਘਰਸ਼ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਸੰਘਰਸ਼ ਸੀ ਜੋ ਕਿ 1999 ਦੇ ਵਿੱਚ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ 'ਚ ਹੋਇਆ ਸੀ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9563 9563।